पिछले दिनों च बहुत ज़्यादा मीह गड़े तो तूफान पंजाब दे विच आया। पिछले दो तीन दिनों मैं पंजाब के कई पिंड जिले जाके आया। फसलां मैं लगता है पूरे पंजाब अप्रोक्सीमेटली 50-60% कणक की फसल तो मैं लगता खराब हुई है। बहुत वड्डा नुकसान किसानों का होया, गरीबों का होया, जिन्हों के कई घर भी डिग पे है। सो अज मैं थोड़े राही पंजाब सरकार नूं कहना चाहुंदा है कि अपनी जिम्मेवारी संभालन, इमीजिएटली घट तो घट 50,000 रुपया एकड़ मुआवजा इमीजिएटली रिलीज़ करन। कल्ले बयान दे ना नहीं सरना, जिहड़े भगवंत बेईमान की जिहड़ी सरकार है, पिछले दो फसलों बहुत वड्डा नुकसान होया, नरमे का नुकसान भी होया ते झोने च भी नुकसान होया सी। ऐलान कर देंदे गरदौरियां दा, पर पैसे हले तक नहीं आए, ना पिछली नरमे दे पैसे आए है, ना झोने दे आए है, हुण तीजी फसल हो गई है। सो मैं आई बेनती करदा बयान दी बजाए इमीजिएटली पैसा रिलीज़ करन, क्योंकि किसान कोले हुण कोई पैसा नहीं है। जे अगली फसल बीजनी है उन्हूं पैसे दी लोड़ है, उहदियां दो फसलां मर गईयां, कर्जा उहदे सिर ते चढ़ गया। बहुत परेशान पंजाब दे किसान है। मैं गवर्नमेंट ऑफ इंडिया नूं भी बेनती करदा है, आ एक नैचुरल कलैमिटी है, गवर्नमेंट ऑफ पंजाब गवर्नमेंट ऑफ इंडिया नाल गल करके नैचुरल कलैमिटी डिकलेयर करके पैसा लेके आउण, क्योंकि अज लोड़ है। जे अज बाणी फड़ी तो किसान बहुत बुरा हाल हो जाना। तकरीबन मैं कल भी पता किया, साड़ी जिहड़ी लीगल टीम है उन्होंने कहा कि तकरीबन 100 परिवारों ने सानू अप्रोच किया, तो तकरीबन 40-50 परिवार बच्चे का असी छड़ा भी लते हैं। मैं कल ही मलोट साढ़े एक बच्चा सी असी छड़ाया है। ਮੈਨੂੰ ਬਰਨਾਲੇ ਜ਼ਿਲ੍ਹੇ ਤੋਂ ਰਾਹੀ ਸਾਹਿਬ ਦਾ ਫੋਨ ਆਇਆ ਸੀ, ਉਹਨਾਂ ਨੇ ਬੱਚੇ ਛੜਾਏ ਹੈ, ਅਤੇ ਅਜਨਾਲੇ ਤੋਂ ਵੀ ਸਾਨੂੰ ਖਬਰ ਹੈ ਕਿ ਉਹ ਬੱਚਿਆਂ ਨੂੰ ਛੜਾ ਲਿਆ ਆਪਣੇ ਵਰਕਰਾਂ ਨੇ ਜਾ ਕੇ, ਲੀਡਰਸ਼ਿਪ ਨੇ ਜਾ ਕੇ। ਬਾਬਾ ਬਿਕਾਲੇ ਤੋਂ ਵੀ ਸਾਨੂੰ ਰਿਪੋਰਟ ਆਈ ਹੈ। ਸੋ ਮੈਂ ਆਪਣੇ ਸਾਰੀ ਪਾਰਟੀ ਦੇ ਵਰਕਰਾਂ ਨੂੰ ਬੇਨਤੀ ਕਰਦਾ, ਜਿੱਥੇ ਜਿੱਥੇ ਬੇਕਸੂਰ ਇਨੋਸੈਂਟ ਬੱਚੇ ਫੜੇ ਜਾ ਰਹੇ ਹੈ, ਉਹਨਾਂ ਨੂੰ ਆਪਾਂ ਉਹਨਾਂ ਦੇ ਪਰਿਵਾਰਾਂ ਨੂੰ ਕੋਲ ਜਾ ਕੇ ਸਾਥ ਦੇਈਏ। ਹੋ ਕੀ ਰਿਹਾ, ਕਿਸੇ ਬੱਚੇ ਨੇ ਕੋਈ ਪੋਸਟ ਸ਼ੇਅਰ ਕੀਤੀ ਹੈ, ਉਹਨੂੰ ਫੜ ਕੇ ਅੰਦਰ ਕਰ ਦਿੰਦੇ ਹੈ। ਸੋ ਜਿਹੜੇ ਉਹ ਪੋਸਟ ਸ਼ੇਅਰ ਕਰਨਾ ਕੋਈ ਗੁਨਾਹ ਨਹੀਂ ਹੈ, ਪਰ ਤੁਸੀਂ ਜੇ ਵਾਰ ਵਾਰ ਉਹਨੂੰ ਫੜ ਕੇ ਅੰਦਰ ਕਰੋਗੇ, ਉਹਨਾਂ ਦੇ ਉੱਤੇ ਜ਼ੁਲਮ ਕਰੋਗੇ, ਕਿੱਡੀ ਵੱਡਾ ਨੁਕਸਾਨ ਜਵਾਨੀ ਦਾ ਹੋ ਜਾਣਾ ਹੈ। ਸੋ ਸਰਕਾਰਾਂ ਨੂੰ ਸੋਚ ਸਮਝ ਕੇ ਅਜੇ ਕਦਮ ਕਰਨੇ ਚਾਹੀਦੇ ਹੈ। ਆਹ ਜਿਹੜਾ ਮਾਹੌਲ ਹੈ ਪੰਜਾਬ ਵਿੱਚ, ਵਾਪਸ ਅਮਨ ਸ਼ਾਂਤੀ ਲਿਆਉਣ ਦੀ ਲੋੜ ਹੈ, ਭਾਈਚਾਰਕ ਸਾਂਝ ਰੱਖਣ ਦੀ ਲੋੜ ਹੈ। ਅਤੇ ਜਿਵੇਂ ਪੰਜਾਬ ਦੇਖੋ, ਪੰਜਾਬ ਬੜੀ ਮੁਸ਼ਕਿਲ ਦੇ ਦੌਰ 'ਚੋਂ ਨਿਕਲਿਆ ਸੀ। ਮੈਨੂੰ ਯਾਦ ਹੈ ਕਿਵੇਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ, ਸ਼੍ਰੋਮਣੀ ਅਕਾਲੀ ਸਰਕਾਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ, ਭਾਈਚਾਰਕ ਸਾਂਝ, ਅਮਨ ਸ਼ਾਂਤੀ, ਲੋਕਾਂ ਦੇ ਵਿੱਚ ਕੌਨਫੀਡੈਂਸ ਲਿਆਉਣ ਦੀ ਇੰਨੀ ਕੋਸ਼ਿਸ਼ ਕੀਤੀ ਕਿ ਬਹੁਤ ਵੱਡਾ ਫਰਕ ਪੈ ਗਿਆ ਪੰਜਾਬ 'ਚ। ਇਨਵੈਸਟਮੈਂਟ ਆਉਣ ਲੱਗ ਗਈ, ਫੈਕਟਰੀਆਂ ਲੱਗਣ ਲੱਗ ਗਈਆਂ, ਪਾਵਰ ਸਰਪਲਸ ਹੋ ਗਏ, ਏਅਰਪੋਰਟ ਬਣ ਗਏ, ਸੜਕਾਂ ਬਣ ਗਈਆਂ, ਲੋਕਾਂ ਵਿੱਚ ਮਾਹੌਲ ਸੀ, ਪੰਜਾਬ ਤਰੱਕੀ ਦੀ ਬੁਲੰਦੀਆਂ ਜਾਣ ਲੱਗ ਗਿਆ। ਸਾਡੇ ਜਿਹੜੇ ਪੰਜਾਬ ਦਾ ਬਿਜਲੀ ਬੋਰਡ ਹਿੰਦੁਸਤਾਨ 'ਚ ਇੱਕ ਨੰਬਰ 'ਤੇ ਡਿਕਲੇਅਰ ਕਰ ਦਿੱਤਾ ਸੀ, ਪਰ ਜਿਹੜੇ 6 ਸਾਲ ਹੁਣ ਟੱਪੇ ਹੈ, ਐਂ ਲੱਗਦਾ ਜਿਵੇਂ ਹੌਲੀ ਹੌਲੀ ਸਾਰਾ ਕੁਝ ਥੱਲੇ ਜਾਣ ਲੱਗ ਗਿਆ। ਜਿਹੜਾ ਹੁਣ ਮੁੱਖ ਮੰਤਰੀ ਜਿਹੜਾ ਭਗਵੰਤ ਸਿੰਘ ਬੇਈਮਾਨ ਹੈ, ਆਹ ਮੁੱਖ ਮੰਤਰੀ ਕਹਿਣ ਦੇ ਲਾਇਕ ਹੀ ਨਹੀਂ ਹੈ। ਇਹਨੂੰ ਕੋਈ ਫਿਕਰ ਨਹੀਂ, ਪਰਵਾਹ ਨਹੀਂ, ਨਾ ਉਹਨੂੰ ਕੋਈ ਆਹ ਜ਼ਿੰਮੇਵਾਰੀ ਸੰਭਾਲਣ ਦਾ ਪਤਾ ਕਿਵੇਂ ਸੰਭਾਲੀਦੀ ਹੈ। ਇੱਕ ਸਟੇਜ 'ਤੇ ਪਰਫੋਰਮੈਂਸ ਕਰਨੀ ਅਤੇ ਸਰਕਾਰ ਚਲਾਉਣੀ, ਜ਼ਮੀਨ ਆਸਮਾਨ ਦਾ ਫਰਕ ਹੈ। ਉਹ ਸੋਚਦੇ ਹੁਣ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸੋਚ ਹੈ ਕਿ ਹੁਣ ਅਸੀਂ ਸਰਕਾਰ ਬਣਾ ਲਈ ਹੈ ਤਾਂ ਮਤਲਬ ਸਾਰਾ ਕੁਝ ਅਸੀਂ ਬਣ ਗਏ, ਬਸ ਹੁਣ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਹਨਾਂ ਦੇ ਜਿਹੜੇ MLA ਹੈ ਉਹ ਵੀ ਨਹੀਂ ਪਰਵਾਹ ਕਰਦੇ। ਮੈਂ ਹੁਣੀ ਆਹ ਫਾਜ਼ਿਲਕਾ ਜ਼ਿਲ੍ਹਾ, ਫਿਰੋਜ਼ਪੁਰ ਜ਼ਿਲ੍ਹਾ, ਕਈ ਜ਼ਿਲ੍ਹੇ ਜਾ ਕੇ ਆਏ ਹਾਂ ਜਿੱਥੇ ਨੁਕਸਾਨ ਫਸਲਾਂ ਦਾ ਹੋਇਆ, ਇੱਕ ਵੀ ਇਹਨਾਂ ਦਾ MLA ਨਹੀਂ ਜਗਿਆ ਕਿਸੇ ਪਿੰਡ ਵਿੱਚ। ਆਪਣੇ ਉੱਥੇ ਫਿਰੋਜ਼ਪੁਰ 'ਚ ਐਡਾ ਵੱਡਾ ਭੁਚਾਲ ਆਇਆ, MLA ਤੱਕ ਨਹੀਂ ਪਹੁੰਚਿਆ ਉੱਥੇ ਦਾ।
ਆ ਐਮਐਲਏ ਸੋਚਦੇ ਕਿ ਹੁਣ ਐਮਐਲਏ ਬਣ ਗਏ ਸਾਨੂੰ ਹੁਣ ਲੋਕਾਂ ਦੀ ਲੋੜ ਨਹੀਂ 5 ਸਾਲ। ਐਮਐਲਏ ਦਾ ਮਤਲਬ ਹੈ ਤੁਸੀਂ ਸੇਵਾਦਾਰ ਹੋ, ਤੁਸੀਂ ਜਨਤਾ ਦੇ ਸੇਵਾਦਾਰ ਹੋ, ਹੁਣ ਤੁਹਾਨੂੰ ਚੁਣ ਲਿਆ ਗਿਆ, ਹੁਣ 5 ਸਾਲ ਤੁਹਾਡਾ ਫਰਜ਼ ਹੈ ਸੇਵਾ ਕਰਨਾ, ਤੁਹਾਡਾ ਫਰਜ਼ ਹੈ ਹੁਣ ਦੁੱਖ ਸੁੱਖ 'ਚ ਸਾਥ ਦੇਣਾ, ਤੁਹਾਡਾ ਫਰਜ਼ ਹੈ ਮੁਸ਼ਕਲਾਂ ਹੱਲ ਕਰਾਉਣਾ। ਇਹਦਾ ਮਤਲਬ ਨਹੀਂ ਕਿ ਐਮਐਲਏ ਬਣ ਗਏ ਅਤੇ ਮੰਤਰੀ ਬਣ ਗਏ ਅਤੇ ਹੁਣ ਸਾਨੂੰ ਕੋਈ ਲੋੜ ਹੀ ਨਹੀਂ। ਆਹ ਜਿਹੜੀ ਸੋਚ ਆ ਆਮ ਆਦਮੀ ਪਾਰਟੀ ਦੀ ਬੜੀ ਖਤਰਨਾਕ ਸੋਚ ਹੈ ਕਿ ਸਾਨੂੰ ਹੁਣ ਪੰਜਾਬ ਦੇ ਲੋਕਾਂ ਦੀ ਲੋੜ ਨਹੀਂ ਹੈ। ਹੁਣ ਜਿਹੜਾ ਕੁਛ ਹੁਣ ਅਮਰ ਜਿਹੜਾ ਕੇਜਰੀਵਾਲ ਦੇ ਮਗਰ ਜਿਵੇਂ ਬੱਕਰੀ ਮਗਰ ਲੇਲਾ ਤੁਰਿਆ ਫਿਰਦਾ ਹੁੰਦਾ, ਉਵੇਂ ਭਗਵੰਤ ਮਾਨ ਮਗਰ ਕੇਜਰੀਵਾਲ ਦੇ ਤੁਰਿਆ ਫਿਰਦਾ ਰਹਿੰਦਾ। ਜਿੱਥੇ ਦੇਖ ਲਓ ਜਿੱਥੇ ਕੇਜਰੀਵਾਲ ਜਾਂਦਾ ਉੱਥੇ ਮਗਰ। ਭਗਵੰਤ ਮਾਨ ਮੱਧ ਪ੍ਰਦੇਸ਼ ਦੀ ਸਰਕਾਰ ਬਣਾਉਣ 'ਤੇ ਨਹੀਂ ਲੱਗਿਆ, ਉਹ ਤਾਂ ਆਮ ਆਦਮੀ ਪਾਰਟੀ ਨੂੰ ਤਕੜਾ ਕਰਨ 'ਤੇ ਲੱਗਿਆ। ਪੰਜਾਬ ਵਾਸਤੇ ਉਹਨੂੰ ਕੋਈ ਟੈਨਸ਼ਨ ਨਹੀਂ। ਬਲ ਸਾਹਿਬ, ਜਿੱਥੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਉੱਥੇ ਪ੍ਰੈਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ, ਪਰਚੇ ਕੱਟੇ ਜਾ ਰਹੇ ਨੇ, ਪ੍ਰੈਸ ਦੀ ਆਜ਼ਾਦੀ ਜਿਹੜੀ ਉਹ ਖੋਈ ਜਾ ਰਹੀ। ਅੱਜ ਜਿਹੜੀ ਸਰਕਾਰ ਹੈ ਪੰਜਾਬ ਵਾਲੀ, ਜਦੋਂ ਦੀ ਸਰਕਾਰ ਆਈ ਆ ਮੈਂ ਦੇਖਿਆ ਕਿ ਉਹਨਾਂ ਨੇ ਜਿਹੜਾ 750 ਕਰੋੜ ਦਾ ਬਜਟ ਰੱਖਿਆ ਮੀਡੀਆ ਵਾਸਤੇ, ਮਤਲਬ ਕੀ ਸੀ? ਜਾਂ ਲਾਲਚ ਲੈ ਕੇ ਆਪਣੇ ਕਾਬੂ ਕਰੋ, ਜੇ ਲਾਲਚ ਨਹੀਂ ਆਉਂਦੇ ਤਾਂ ਫਿਰ ਦਬਾ ਕੇ ਕਾਬੂ ਕਰੋ। ਮੀਡੀਆ ਡੈਮੋਕਰੇਸੀ ਦਾ ਬਹੁਤ ਵੱਡਾ ਹਿੱਸਾ ਹੈ, ਅਤੇ ਜੇ ਮੀਡੀਆ ਨੂੰ ਤੁਸੀਂ ਜਾਂ ਲਾਲਚ ਜਾਂ ਦਬਾ ਕੇ ਕਾਬੂ ਕਰਨਾ ਚਾਹੋਗੇ, ਡੈਮੋਕਰੇਸੀ ਦਾ ਵਿੱਚ ਬਹੁਤ ਵੱਡਾ ਖਤਰਾ ਹੈ। ਪਰ ਮੈਂ ਵਧਾਈ ਦਿੰਦਾ ਬਹੁਤ ਮੀਡੀਆ ਚੈਨਲਸ, ਬਹੁਤ ਮੀਡੀਆ ਦੇ ਲੋਕ ਇਹਨੇ ਨਾ ਲਾਲਚ ਆਏ ਹੈ, ਜੋ ਅਸਲੀਅਤ ਪੇਸ਼ ਕਰ ਰਿਹਾ ਹੈ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕੋਈ ਫਿਕਰ ਨਾ ਕਰੋ, ਸ਼੍ਰੋਮਣੀ ਅਕਾਲੀ ਦਲ ਸਾਡੀ ਪਾਰਟੀ ਤੁਹਾਡੇ ਨਾਲ ਹੈ, ਮੀਡੀਆ ਦੀ ਆਜ਼ਾਦੀ ਲਈ ਇਹ ਸੜਾ ਲੜਦੇ ਰਹੇ ਹਾਂ। ਆਹ ਇੱਕ ਸੋਚ ਹੈ ਅਕਾਲੀ ਦਲ ਦੀ, ਜ਼ੁਲਮ ਦੇ ਖਿਲਾਫ਼ ਲੜਨਾ। ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਜਿੱਥੇ ਜ਼ੁਲਮ ਹੋਊਗਾ ਅਸੀਂ ਉੱਥੇ ਖੜੇ ਹੋਵਾਂਗੇ। ਬਸ ਸਾਹਿਬ, ਲੋਕ ਸਭਾ 'ਚ ਜੋ ਵਤੀਰਾ ਰਾਹੁਲ ਗਾਂਧੀ ਨਾਲ ਅਪਣਾਇਆ ਗਿਆ, ਉਸਨੂੰ ਕਿਸ ਤਰ੍ਹਾਂ ਦੇਖਦੇ? ਆਹ ਇੱਕ ਡੈਮੋਕਰੇਸੀ ਦਾ ਕਹਾਣ ਹੈ। ਗਾਂਧੀ ਪਰਿਵਾਰ ਨਾਲ ਸਾਡੇ ਬਹੁਤ ਮਤਭੇਦ ਹੈ, ਕਾਂਗਰਸ ਨਾਲ ਸਾਡੇ ਮਤਭੇਦ ਹੈ। ਜੋ ਜ਼ੁਲਮ ਗਾਂਧੀ ਪਰਿਵਾਰ ਨੇ ਅਤੇ ਕਾਂਗਰਸ ਨੇ ਪੰਜਾਬੀਆਂ ਅਤੇ ਸਿੱਖ ਪੰਥ ਨਾਲ ਕੀਤਾ ਹੈ, ਕੋਈ ਭੁਲਾ ਨਹੀਂ ਸਕਦਾ। ਪਰ ਇੱਕ ਕਾਨੂੰਨ ਹੈ ਦੇਸ਼ ਦਾ, ਇੱਕ ਸਿਸਟਮ ਹੈ ਦੇਸ਼ ਦਾ, ਤੁਸੀਂ ਉਸ ਸਿਸਟਮ ਨੂੰ ਤੋੜ ਕੇ ਡਿਕਟੇਟਰਸ਼ਿਪ ਕਰੋਗੇ, ਇੱਕ ਗਲਤ ਸੁਨੇਹਾ ਪੂਰੇ ਦੇਸ਼ ਵਿੱਚ ਆਊਗਾ। ਮੈਂ ਇਹਦੇ 'ਚ ਉਹਨਾਂ ਨੂੰ ਪੁੱਛ ਸਹੀ ਬਹਿਣੇ ਅਤੇ ਉਹ ਦੱਸ ਸਕਦੇ ਕਿਸ ਵਾਸਤੇ ਹੈ। ਥੈਂਕ ਯੂ।